ये बात हुई कि मैंने देखा सड़क में कि आग लग गई, उसमें आग निकलने लगी। मैं बाहर घूम रहा था, ठीक है, पेड़ के अंदर में वो आया, मैंने डायरेक्ट उठाकर जब देखा कि सड़क में आग लगी हो, तो मैंने वो उठाने की कोशिश कर अपने लीटर कि उसको उठा लूँ मैं। जब उठाने की कोशिश किया तो मेरे से उठा नहीं हो, तो इन लोगों को मैंने डायरेक्ट बोला कि भाई साहब बाहर निकल जाओ डायरेक्ट, क्योंकि यहाँ से अब खतरा ही है। लेकिन ये लोग निकलने नहीं, और मैं अपने आप को बचाने के लिए मैं खुद बाहर निकल गया। अच्छा, ठीक है। उसके बाद में ये लोग अंदर पूरे अंदर रह गए, मैंने बाहर निकला, बाहर निकले, बाहर वाला दरवाजे पे लात मारने लगा, सामने से सजा दी आगे अपने मेडिकल वाले, ठीक है। उन्होंने आकर बोला अब तू हट साइड में हो, मेरे को साइड में करी, उन्होंने तोड़ा है दरवाजा, फिर उन लोगों को एक एक को पकड़ के खींचे बाहर। कितने बंदे थे? तकरीबन थे पाँच बंदे। पाँच बंदे, बच्चे कितने? बच्चे उनके दो लड़की थी, एक लड़का था, उनकी अभी भी थे। ਇਹ ਮਾਮਲਾ ਇੱਦਾਂ ਹੋਇਆ ਜੀ, ਮੈਂ ਆਪਣੀ ਕੋਠੇ ਦੀ ਛੱਤ 'ਤੇ ਖੜਾ ਹੋਇਆ ਸੀਗਾ, ਅਤੇ ਜਦੋਂ ਮੈਂ ਦੇਖਿਆ ਵੀ ਅੰਦਰ ਕਾਫੀ ਜ਼ਿਆਦਾ ਚੀਕਾਂ ਦੀ ਆਵਾਜ਼ ਆ ਰਹੀ ਆ, ਅਤੇ ਜਦੋਂ ਮੈਂ ਥੱਲੇ ਉੱਤਰ ਕੇ ਦੇਖਿਆ ਅਤੇ ਇੱਕਦਮ ਅਚਾਨਕ ਧੂੰਆਂ ਅਤੇ ਅੱਗ ਬਹੁਤ ਜ਼ਿਆਦਾ ਅੰਦਰ ਫੈਲੀ। ਅਸੀਂ ਦੋ ਤਿੰਨ ਜਾਣਿਆਂ ਨੇ ਲੱਤਾਂ ਮਾਰ ਮਾਰ ਕੇ ਦਰਵਾਜ਼ਾ ਤੋੜ ਕੇ, ਅਤੇ ਉਹ ਪੰਜ ਜਾਣੇ ਅੰਦਰ ਮੈਂਬਰ ਸੀਗੇ, ਤਿੰਨ ਬੱਚੇ ਸੀਗੇ, ਔਰ ਇੱਕ ਹਸਬੈਂਡ ਵਾਈਫ ਸੀ ਜੋ ਕਿ ਬਿਲਕੁਲ ਅੱਗ ਨਾਲ ਪੂਰੀ ਤਰ੍ਹਾਂ ਝੁਲਸ ਗਏ ਸੀਗੇ। ਅਤੇ ਉਹਨਾਂ ਨੂੰ ਅਸੀਂ ਪਹਿਲਾਂ ਤਾਂ ਸਿਵਲ ਹੋਸਪਿਟਲ ਭੇਜਿਆ, ਅਤੇ ਇਹ ਜਿਹੜੀ ਅੱਗ ਆ ਇਹ ਸਿਲੰਡਰ ਨੂੰ ਅੱਗ ਲੱਗੀ ਸੀਗੀ, ਇਸ ਕਰਕੇ ਫਿਰ ਸਾਰੀ ਗਲੀ ਵਾਲਿਆਂ ਨੇ ਮਿਲ ਜੁਲ ਕੇ ਇੱਕਦਮ ਪੂਰੇ ਜੋਸ਼ ਦੇ ਨਾਲ ਇਹ ਜੋ ਅੱਗ ਬੁਝਾਉਣ ਦੀ ਬਾਲਟੀਆਂ ਦੇ ਨਾਲ ਪਾਣੀ ਪਾ ਪਾ ਕੇ ਪੂਰੀ ਕੋਸ਼ਿਸ਼ ਕੀਤੀ, ਜਿਹਦੇ ਕਰਕੇ ਕਿ ਇਹ ਅੱਗ ਬੁਝਾਉਣ 'ਚ ਸਫਲ ਹੋਏ। ਉਸ ਤੋਂ 15 ਮਿੰਟਾਂ ਬਾਅਦ ਫਾਇਰ ਗੇਡ ਆਈ, ਉਹਨਾਂ ਨੇ ਆ ਕੇ ਫਿਰ ਪਾਣੀ 'ਤੇ ਜਾਦ ਪਾ ਕੇ ਅਤੇ ਫਿਰ ਉੱਤੇ ਉਹਨਾਂ ਨੇ ਸਿਲੰਡਰ ਨੂੰ ਬਾਹਰ ਕੱਢਿਆ, ਬਾਹਰ ਕੱਢ ਕੇ ਅਤੇ ਫਿਰ ਚੰਗੀ ਤਰ੍ਹਾਂ ਅੱਗ ਤਾਂ ਬੁਝਾਈ ਗਈ। ਨਹੀਂ ਤਾਂ ਮਜ਼ਦੂਰ ਜਿਹੜੇ ਪ੍ਰਵਾਸੀ ਰਹਿ ਰਹੇ ਸੀਗੇ, ਇਹ ਕਾਫੀ ਦੇਰ ਤੋਂ ਇੱਥੇ ਰਹਿ ਰਹੇ ਸੀਗੇ, ਵਧੀਆ ਨੇਚਰ ਦੇ ਸੀਗੇ, ਕਿਸੇ ਨਾਲ ਕੋਈ ਗੱਲਬਾਤ ਨਹੀਂ ਸੀਗੀ, ਪਰ ਸਾਡੇ ਸੁਣਨ 'ਚ ਇਹੀ ਆਇਆ ਸੀਗਾ ਵੀ ਇਹ ਅੱਗ ਜਿਹੜੀ ਹੈ ਸਿਲੰਡਰ ਦੇ ਨਾਲ ਹੀ ਲੱਗੀ ਹੈ। ਏਰੀਆ ਕਿਹੜਾ ਜੀ? ਇਹ ਗੁਰੂ ਅਰਜਨ ਦੇਵ ਨਗਰ ਸਮਰਾਲਾ ਚੌਂਕ ਗਲੀ ਨੰਬਰ 4 ਦਾ ਏਰੀਆ ਹੈ।